ਪਹਿਲਾਂ ਮੈਂ ਨਮਨ ਕਰਦਾ ਸੰਤ ਸੰਦੀਪ ਸਾਹਿਬ ਦੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਤੇਰਾ ਪ੍ਰਸਾਦ ਪੂਣਾ ਸਦਕਾ ਪੂਣਾ ਸਦਕਾ ਇਹ ਜਿਹੜਾ ਅੱਜ ਅਸੀਂ ਕਾਰਜਕ੍ਰਮ ਕੀਤਾ ਉਹਨਾਂ ਦੀ ਬੜੀ ਪ੍ਰੇਰਨਾ ਸਰੋਤ ਮੇਰੇ ਰਹੇ ਨੇ। ਉਸ ਤੋਂ ਬਾਅਦ ਮੈਂ ਮਾਨਯੋਗ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦਾ, ਸਤਿਕਾਰ ਕਰਦਾ ਕਿ ਉਹਨਾਂ ਦੀ ਮੋਟੀਵੇਸ਼ਨ ਵੀ ਬਹੁਤ ਸਾਰੀ ਰਹੀ ਹੈ। LOP ਲੀਡਰ ਪੰਜਾਬ ਅਸੈਂਬਲੀ ਦੇ ਪ੍ਰਤਾਪ ਸਿੰਘ ਬਾਜਵਾ ਸਾਹਿਬ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਸਭ ਤੋਂ ਵੱਡਾ ਧੰਨਵਾਦ ਜਿਹੜਾ ਮੈਂ ਕਰਨਾ ਚਾਹੁੰਦਾ, ਜਿਹੜੇ ਪਿਛਲੇ 2 ਸਾਲ ਦੇ ਅਸੀਂ ਚਰਚਾ ਵਿੱਚ ਸੀ, ਉੱਦਾਂ ਦਾ ਸਾਡਾ ਬੜਾ ਪੁਰਾਣਾ ਇੱਕ ਦੋਸਤਾਨਾ ਹੈ, ਸਰਦਾਰ ਪ੍ਰਗਟ ਸਿੰਘ ਜੀ MLA ਜਲੰਧਰ ਸੋਣੀ ਤੋਂ ਆਪਣੇ ਵੀਰ ਨੇ, ਬੜੀਆਂ ਚਰਚਾਵਾਂ 'ਤੇ ਅਸੀਂ ਰਹੇ ਹਾਂ, ਉਹਨਾਂ ਦੀ ਬੜੀ ਪ੍ਰੇਰਨਾ ਹੈ। ਇਸ ਤੋਂ ਬਾਅਦ ਸੁਖਵਿੰਦਰ ਕੋਟਲੀ ਜੀ, ਪੁਰਾਣਾ ਆਦਮਪੁਰ ਤੋਂ ਆਪਣੇ MLA ਸਾਹਿਬ ਨੇ, ਇਹ ਵੀ ਮਾਨਯੋਗ ਦਾ ਬੜਾ ਇੱਕ ਯੋਗਦਾਨ ਮੇਰੀ ਜ਼ਿੰਦਗੀ ਦੇ ਵਿੱਚ ਰਿਹਾ ਹੈ। ਮੇਰੇ ਦੋਸਤ, ਮੇਰੇ ਛੋਟੇ ਵੀਰ ਡਾਕਟਰ ਸੰਜੀਵ ਸ਼ਰਮਾ ਔਰ ਉਹਨਾਂ ਦੇ ਬ੍ਰਦਰ ਸੰਦੀਪ ਸ਼ਰਮਾ ਜੀ, ਉਹਨਾਂ ਦੀ ਬੜੀ ਪ੍ਰੇਰਨਾ ਸੋਚ ਕੇ 40-45 ਸਾਲ ਤੋਂ ਇਕੱਠੇ ਹਾਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੇਰੇ ਵੱਡੇ ਵੀਰ ਆਪਣੇ ਗੋਪਾਲ ਕਿਸ਼ਨ ਭਗਤ ਸਾਹਿਬ, ਆਲ ਇੰਡੀਆ ਮੇਕ ਸਭਾ ਦੇ ਪ੍ਰਧਾਨ ਨੇ, ਮੇਰੇ ਪਿਤਾ ਜੀ ਨਾਲ ਵੀ ਕੰਮ ਕੀਤਾ ਹੋਇਆ ਇਹਨਾਂ ਨੇ। ਹੁਣ ਮੈਂ ਉਸ ਟੀਮ ਦਾ ਵੀ ਧੰਨਵਾਦ ਕਰਦਾ ਜਿਹੜੀ ਮੇਰੇ ਨਾਲ ਬੜੀ ਜੁਝਾਰੂਪਨ ਦੇ ਵਿੱਚ ਜਿਹਨਾਂ ਨੇ ਆਮ ਆਦਮੀ ਪਾਰਟੀ 'ਚ ਕੰਮ ਕੀਤਾ ਸੀ। ਅੱਗੇ ਆ ਜਾਓ ਤੁਸੀਂ ਸਾਰੇ ਜਣੇ ਜਰਾ ਨਾ, ਕੀਮਤੀ ਭਗਤ ਵਾਰਡ ਪ੍ਰਧਾਨ ਆਪਣੀ ਕੀਮਤੀ ਕੇਸਰ ਦਾ, ਉਹਨਾਂ ਦੇ ਨਾਲ ਅਮਿਤ ਭਗਤ, ਵਰੁਣ ਨਈਅਰ, ਉਹਨਾਂ ਦੇ ਨਾਲ ਅੱਗੇ ਆ ਜਾਓ ਆਪਣੇ ਨੰਦ ਕਿਸ਼ੋਰ ਮਾਲੀ ਜੀ, ਤਰਸੇਮ ਬਾਰੀ ਸਾਹਿਬ, ਦਵਿੰਦਰ ਦੇਵ, ਮੋਹਨ ਲਾਲ ਹੈਪੀ, ਸ਼ਸ਼ੀ, ਆਪਣੇ ਸੋਨੂ, ਵਿਪਨ, ਸਾਜਨ, ਮਨੋਜ, ਸਤਨਾਮ ਅਹੂਜਾ, ਅਮਿਤ ਭਗਤ ਵਾਰਡ ਪ੍ਰਧਾਨ ਸੀ, ਕੀਮਤੀ ਕੇਸਰ ਵੀ ਵਾਰਡ ਪ੍ਰਧਾਨ ਸੀ, ਐਡਵੋਕੇਟ ਪਰਮਪ੍ਰੀਤ ਸਿੰਘ, ਲੀਗਲ ਐਡਵਾਈਜ਼ਰ BJP ਜ਼ਿਲ੍ਹੇ ਤੇ, ਵਿਆਸ ਦੇਵ ਰਾਣਾ, ਨੰਦ ਕਿਸ਼ੋਰ ਮਾਲੀ ਮੇਰੇ ਬੜੇ ਭਾਈ ਸਾਹਿਬ, ਹਰੀਸ਼ ਸ਼ਰਮਾ, ਚੰਦਰ ਸ਼ੇਖਰ ਸ਼ਰਮਾ ਮੇਰੇ ਕਲਾਸ ਫੈਲੋ ਨਵੇਂ ਸ਼ਹਿਰ ਤੋਂ, ਚੇਚੇ ਤੌਰ 'ਤੇ ਆਏ ਆ ਕਿ ਮੈਂ ਅੱਜ ਭਰਾ ਨੂੰ ਜੁਆਇਨ ਕਰਾਉਣ ਦਾ, ਮੈਂ ਦੇਖਣਾ ਚਾਹੁੰਦਾ ਵੀ ਕੀ ਕਰਨਾ। ਰਜੇਸ਼ ਦੱਤਾ ਸਾਹਿਬ, ਡਾਕਟਰ ਸੰਜੀਵ ਸ਼ਰਮਾ ਦੀ ਬੜੀ ਵੱਡੀ ਟੀਮ ਹੈ ਜਿਹੜੀ ਸਾਡੀ ਕਾਮਨ ਹੀ ਟੀਮ ਹੈ 30-40 ਬੰਦਿਆਂ ਦੀ, ਜਿਹੜੀ ਬਹੁਤ ਜੁਝਾਰੂ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਖਾਸ ਡਾਕਟਰ ਦਾਈਆ ਸਾਹਿਬ, SP ਰਜਿੰਦਰ ਸਿੰਘ ਜੀ, ਇਹਨਾਂ ਦਾ ਵੀ ਬਹੁਤ ਧੰਨਵਾਦ ਹੈ। ਰਜਿੰਦਰ ਬੇਰੀ ਸਾਹਿਬ ਜਿਹਨਾਂ ਨਾਲ ਮਿਲਦੇ ਤਾਂ ਰਹੀਦਾ, ਬੜਾ ਸਤਿਕਾਰ ਹੈ, ਮੇਰੇ ਕਜ਼ਨ ਦੇ ਬ੍ਰਦਰ ਦੇ ਲੰਗੋਟੀਏ ਯਾਰ ਨੇ, ਬੜੀ ਸਾਂਝ ਹੈ, ਇਹਨਾਂ ਦਾ ਵੀ ਬਹੁਤ ਧੰਨਵਾਦ ਹੈ। ਹੋਰ ਸਮੁੱਚੇ ਵਲੰਟੀਅਰ ਹਜ਼ਾਰਾਂ ਦੇ ਵਿੱਚ ਜਿਹੜੇ ਮੇਰੇ ਨਾਲ ਜੁੜੇ ਹੋਏ ਸੀਗੇ ਮੇਰੇ ਰਾਜਨੀਤਿਕ ਯਾਤਰਾ ਦੇ ਵਿੱਚ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ, ਆਪਣੇ ਕੋਰ ਕਮੇਟੀ ਦਾ, ਸਾਥੀਆਂ ਦਾ, ਔਰ ਖਾਸ ਕਰਕੇ ਮਾਨਯੋਗ ਸਤਕਾਰਿਤ ਰੀੜ ਦੀ ਹੱਡੀ ਜਿਹੜੇ ਵਲੰਟੀਅਰਸ ਨੇ ਜਿਹੜੇ ਮੇਰੇ ਨਾਲ ਉੱਥੇ ਰਹੇ ਨੇ, ਔਰ ਮੇਰੇ ਨਾਲ ਅੱਜ ਤੋਂ ਕਾਂਗਰਸ ਦੀ ਰਾਜਨੀਤਿਕ ਜਿਹੜੀ ਪਾਰਟੀ ਦੇ ਯਾਤਰਾ 'ਚ ਸ਼ਾਮਿਲ ਹੋਏ ਨੇ, ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਮੈਨੂੰ ਮਾਨ ਸਨਮਾਨ ਦਿੱਤਾ, ਔਰ ਸ਼ਾਇਦ ਮੈਂ ਇਸ ਦੇ ਕਾਬਲ ਨਹੀਂ ਹੈ ਕਿ ਜਿੰਨਾ ਮਾਨ ਸਨਮਾਨ ਸਮਾਜ ਨੇ ਮੈਨੂੰ ਦਿੱਤਾ। ਇੱਕ ਬੋਲ ਮੈਂ ਬੋਲਦਾ ਤਾਂ ਉਹਦੇ ਕਿੰਨੇ ਅੱਧੇ ਘੰਟੇ 'ਚ 62 ਲਾਈਕਸ ਹੋ ਜਾਂਦੇ ਕਈ ਵਾਰੀ, ਤਾਂ ਮੈਨੂੰ ਦੱਸਦੇ ਸੋਸ਼ਲ ਮੀਡੀਆ ਵਾਲੇ ਮੇਰੇ ਸਾਥੀ ਕਿ ਡਾਕਟਰ ਸਾਹਿਬ ਦੇਖੋ ਤੁਸੀਂ 4 ਗੱਲਾਂ ਕਹੀਆਂ ਨੇ ਅਤੇ ਕਿੱਥੇ ਪਹੁੰਚਣੀਆਂ। ਮੈਂ ਸਭਨਾਂ ਨੂੰ ਨਮਨ ਕਰਦਾ ਔਰ ਬੜੇ ਹੰਬਲ ਤਰੀਕੇ ਦੇ ਨਾਲ ਮੈਂ ਜੀਵਨ ਯਾਪਨ ਹੈ, ਸਾਡਾ ਇੱਕ ਸਮਾਜਿਕ ਪਰਿਵਾਰ ਹੈ। ਸਵਰਗਵਾਸੀ ਕਰਮਚੰਦ ਮਾਲੀ ਸਾਹਿਬ ਮੇਰੇ ਪਿਤਾ ਜੀ ਬਹੁਤ ਵੱਡੇ ਸਮਾਜ ਸੇਵੀ ਨੇ, ਉਹਨਾਂ ਦੇ ਰਹੇ ਨੇ, 15-18 ਸਾਲ ਪਹਿਲਾਂ ਇੰਤਕਾਲ ਹੋ ਗਿਆ, ਬੜਾ ਵੱਡਾ ਰਾਜਨੀਤਿਕ ਕਰੀਅਰ ਹੈ ਉਹਨਾਂ ਦਾ।
ਔਰ ਪੰਜਾਬ ਨਹੀਂ, ਪੰਜਾਬ ਤੋਂ ਬਾਹਰ ਵੀ ਮਾਲੀ ਸਾਹਿਬ ਦਾ ਬੜਾ ਨਾਮ ਰਿਹਾ ਆ, ਪ੍ਰਗਟ ਵੀ ਕਾਫੀ ਸਾਡੇ ਸਮਾਗਮਾਂ 'ਚ ਆਉਂਦੇ ਰਹਿੰਦੇ ਰਹੇ ਨੇ, ਇਹਨਾਂ ਨੂੰ ਸਾਰਾ ਪਤਾ। ਅੱਜ ਤੋਂ ਬਾਅਦ ਮੈਂ ਜਿਹੜੀ ਨਵੀਂ ਰਾਜਨੀਤਿਕ ਯਾਤਰਾ ਸ਼ੁਰੂ ਕੀਤੀ ਹੈ, ਇਹ ਇਨ ਬਿਨ ਮੇਰੀ ਤਾਜ ਜ਼ਿੰਦਗੀ ਦੇ ਆਖਰੀ ਪੜਾਅ ਤੱਕ ਚੱਲਣੀ ਹੈ। ਆਮ ਆਦਮੀ ਪਾਰਟੀ ਦੇ ਵਿੱਚ ਲੋਕ ਕਹਿਣਗੇ, ਕੱਲ੍ਹ ਨੂੰ ਪੱਤਰਕਾਰ ਭਾਈਚਾਰੇ ਦੇ ਵੀ ਕਿਸੇ ਦੇ ਮਨ 'ਚ ਹੋਏਗਾ ਕਿ ਡਾਕਟਰ ਸਾਹਿਬ ਨੇ ਪਾਰਟੀ ਬਦਲ ਲਈ ਹੈ। ਮੈਂ ਅੱਜ ਵਾਅਦਾ ਕਰ ਦੇਣਾ ਚਾਹੁੰਦਾ ਤੁਹਾਨੂੰ ਕਿ ਮੈਂ ਪਾਰਟੀ ਕੋਈ ਵੀ ਨਹੀਂ ਬਦਲੀ। ਆਮ ਆਦਮੀ ਪਾਰਟੀ ਦੇ ਵਿੱਚ ਪੂਰੀ ਇਮਾਨਦਾਰੀ, ਆਪਣੀ ਕਰੀਅਰ, ਆਪਣੀ ਜਾਨ, ਆਪਣਾ ਆਰਥਿਕ ਧਨ ਸਾਮ ਦਾਮ ਵੇਦ ਲਾ ਕੇ ਉਹਦੇ ਵਿੱਚ ਮੈਂ ਕੰਮ ਕੀਤਾ ਇਮਾਨਦਾਰੀ ਨਾਲ। ਪਰ 17 ਦੇ ਵਿੱਚ ਇਹਨਾਂ ਨੇ ਚੀਟ ਕੀਤਾ, 19 ਦੇ ਵਿੱਚ ਮੈਂਬਰ ਪਾਰਲੀਮੈਂਟ, 2 ਸਾਲ ਪਹਿਲਾਂ ਮੈਨੂੰ ਕਹਿਤਾ ਤੁਸੀਂ ਲੜਨਾ, ਤੁਸੀਂ ਚਿਹਰੇ ਹੈਗੇ ਹੋ ਜੈਸੇ ਜੋਰਾ ਸਿੰਘ ਨੂੰ ਲੈ ਆਉਂਦਾ। 22 ਦੇ ਵਿੱਚ ਤੁਹਾਨੂੰ ਸਭਨਾਂ ਨੂੰ ਪਤਾ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ, ਉੱਥੇ ਮੇਰਾ ਫਿਰ ਜਿਹੜਾ ਨਾ ਆਤਮ ਬਲ ਟੁੱਟ ਗਿਆ, ਮੇਰੇ ਸਵਾਭਿਮਾਨ ਨੂੰ, ਮੇਰੇ ਮਾਨ ਸਨਮਾਨ ਨੂੰ ਇੰਨੀ ਵੱਡੀ ਚੋਟ ਉਹ ਪਾਰਟੀ ਦੇ ਗਈ। ਕਿਸੇ ਪ੍ਰੋਫੈਸਰ ਨੂੰ ਦੇ ਦਿਓ, ਟੀਚਰ ਨੂੰ ਦੇ ਦਿਓ, ਫਾਈਨੈਂਸ਼ੀਅਲ ਐਕਸਪਰਟ ਨੂੰ ਦੇ ਦਿਓ, ਰਾਈਟਰ ਨੂੰ, ਮੈਨੂੰ ਨਾ ਦਿਓ ਟਿਕਟ। ਮੈਂ ਟਿਕਟਾਂ ਦਾ ਨਹੀਂ ਸੀ ਕਰਕੇ ਗਿਆ, ਮੈਂ ਤਾਂ ਇੱਕ ਸੋਸ਼ਲ ਬੈਕਗਰਾਉਂਡ ਤੋਂ ਆਉਣਾ, ਮੈਂ ਤਾਂ ਗਿਆ ਸੀ ਇਹ ਵੱਡਾ ਪਲੇਟਫਾਰਮ ਹੈ, ਇੱਥੇ ਕੋਈ ਸਮਾਜ ਦਾ ਬਹੁਤ ਵੱਡੇ ਪੈਮਾਨੇ 'ਤੇ ਭਲਾ ਹੋ ਸਕਦਾ, ਮੈਂ ਤਾਂ ਇਸ ਕਰਕੇ ਰਾਜਨੀਤੀ 'ਚ ਆਇਆ ਸੀ। ਪਰ ਟਿਕਟ ਮੈਨੂੰ ਨਾ ਦੇ ਕੇ ਕਿਸੇ ਅੱਛੇ ਹੋਰ ਅਕਸਲੇ ਬੰਦੇ ਨੂੰ ਦੇ ਦਿੰਦੇ, ਮੈਨੂੰ ਰੋਸਾ ਕੋਈ ਨਹੀਂ ਸੀ ਹੋਣਾ। 2-4 ਦਿਨ ਦੀ ਗੁੰਜਾਇਸ਼ ਹੁੰਦੀ, ਖਤਮ ਹੋ ਜਾਂਦੀ ਹੁੰਦੀ।